ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਪੰਜਾਬ ਸਰਕਾਰ ਵੈਲਕਮ ਮੈਨੇਜਮੈਂਟ ਵੈਲਕਮ ਮੈਨੇਜਮੈਂਟ ਵੈਲਕਮ ਮੈਨੇਜਮੈਂਟ ਵੈਲਕਮ ਮੈਨੇਜਮੈਂਟ ਵੈਲਕਮ ਮੈਨੇਜਮੈਂਟ ਸੜਕਾਂ ਤੇ ਰੋਲਦਾ ਸੜਕਾਂ ਤੇ ਰੋਲਦਾ ਸਿੱਧੀ ਭਰਤੀ ਬੰਦ ਕਰੋ ਸਿੱਧੀ ਭਰਤੀ ਬੰਦ ਕਰੋ ਪੱਕੇ ਰੁਜ਼ਗਾਰਾਂ ਨਾਲ ਬੰਦ ਕਰੋ ਪੱਕੇ ਰੁਜ਼ਗਾਰਾਂ ਨਾਲ ਬੰਦ ਕਰੋ ਸਿੱਧੀ ਭਰਤੀ ਬੰਦ ਕਰੋ ਸਿੱਧੀ ਭਰਤੀ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਪੰਜਾਬ ਸਰਕਾਰ ਹਾਏ ਹਾਏ ਮਿਲਕਫੈਡ ਐਮਡੀ ਹਾਏ ਹਾਏ ਮਿਲਕਫੈਡ ਐਮਡੀ ਹਾਏ ਹਾਏ ਪੰਜਾਬ ਸਰਕਾਰ ਜ਼ਿੰਦਾਬਾਦ ਐਮਡੀ ਮਿਲਕਫੈਡ ਜ਼ਿੰਦਾਬਾਦ ਐਮਡੀ ਮਿਲਕਫੈਡ ਜ਼ਿੰਦਾਬਾਦ ਠੇਕੇਦਾਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕਾ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕਾ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਠੇਕਾ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਪਰ ਪਲਾਂਟ ਤਕਰੀਬਨ ਹੀ ਪਹਿਲਾਂ 5-6 ਘੰਟੇ ਬੰਦ ਰੱਖਿਆ ਉਸ ਤੋਂ ਬਾਅਦ ਮੈਨੇਜਮੈਂਟ ਨੇ 3 ਵਾਰ ਮੀਟਿੰਗ ਲਈ ਸੱਦਿਆ ਸਾਡੇ ਸੂਬਾ ਪ੍ਰਧਾਨ ਜੀ ਨੂੰ ਤੇ ਕੋਈ ਵੀ ਸਿੱਟਾ ਨਹੀਂ ਕੱਢਿਆ ਉਹ ਕਹਿੰਦੇ ਤੁਸੀਂ ਸਾਡੇ ਮੁਲਾਜ਼ਮ ਨਹੀਂ ਹੋ ਅਸੀਂ ਤਾਂ ਮੁਲਾਜ਼ਮ ਸਿੱਧੀ ਭਰਤੀ ਕਰਾਂਗੇ ਤੇ ਟੈਸਟ ਦੇ ਕੇ ਆਉਣਗੇ ਉਹ ਟੈਸਟ ਤੁਹਾਡੇ ਕੋਲ ਜਿਹੜੇ 10-12 ਸਾਲ ਤੋਂ ਪਹਿਲਾਂ ਤੋਂ ਕੰਮ ਕਰ ਰਹੇ ਜਿਹਨਾਂ ਕੋਲ ਐਕਸਪੀਰੀਅੰਸ ਹੈ ਉਹ ਟੈਸਟ ਹੁਣ ਸਾਰੇ ਬੰਦੇ ਨਾਲ ਮੁਲਾਜ਼ਮ ਨੂੰ ਕਰ ਲੈਣਗੇ ਟੈਸਟ ਪੜਾਈ ਦੇ ਵਿੱਚ ਨਹੀਂ ਮਾਰ ਸਕਦਾ ਫਿਰ ਇਹ ਵੀ ਆ ਜਿਹੜਾ ਨਵਾਂ ਬੰਦਾ ਹੈ ਉਹ ਸਾਡੇ ਮੁਕਾਬਲੇ ਕੰਮ ਹੀ ਨਹੀਂ ਕਰ ਸਕਦਾ ਪਰ ਜਿਹੜਾ ਕੰਮ ਅਸੀਂ ਕਰ ਰਹੇ ਹਾਂ ਇੰਨਾ ਮਤਲਬ ਉਹਨੂੰ ਟਾਈਮ ਲੱਗੂਗਾ ਤਕਰੀਬਨ ਅਸੀਂ ਜਿਹੜੇ ਨਵੇਂ ਬੰਦੇ ਆ ਬਹੁਤ ਘੱਟ ਆ ਪੁਰਾਣੇ ਬੰਦੇ ਬਹੁਤ ਜ਼ਿਆਦਾ ਸਾਡੇ ਨਾਲ ਕਾਫੀ ਤੱਕ ਲੱਗੂਗਾ ਤੇ ਉਹਦੇ ਵਿੱਚ ਇਹ ਅਸੀਂ ਜੀ ਐਮਡੀ ਨਾਲ ਸਵੇਰੇ ਕਹਿੰਦੇ 10 ਵਜੇ ਅਸੀਂ ਮੀਟਿੰਗ ਕਰਾਂਗੇ ਅੱਜ 10 ਵਜੇ ਬੰਦੇ ਆਪਣੇ ਗਏ ਸੀਗੇ ਉਹਨਾਂ ਦੇ ਵਿੱਚ ਇਹ ਆ ਵੀ 10 ਦਿਨਾਂ ਦੇ ਦੱਸੋ ਆਪਾਂ ਕਿਉਂ ਨਾ ਮੀਟਿੰਗ ਲਾ ਕੇ ਉਸੇ ਦੌਰਾਨ ਪਟਿਆਲੇ ਪਲਾਂਟ ਦੇ ਵਿੱਚ ਇੱਕ ਬੰਦਾ ਜਿਹੜਾ ਸੀ ਅੱਜ ਕੱਢ ਦਿੱਤਾ ਉਹਨੇ ਉਹ ਚਲੋ ਸਾਰੇ ਪਲਾਂਟਾਂ ਦੇ ਵਰਕਰਾਂ ਨੇ ਸਹਿਯੋਗ ਦਿੱਤਾ ਉਹ ਜੀਐਮ ਨੇ ਗੱਡੀ ਭੇਜ ਕੇ ਬੰਦਾ ਘਰੋਂ ਬੁਲਾਇਆ ਇੰਨੀ ਏਕਤਾ ਦੇ ਵਿੱਚ ਮਤਲਬ ਸ਼ਕਤੀ ਹੁੰਦੀ ਆ ਜੀਐਮ ਨੇ ਘਰੋਂ ਗੱਡੀ ਆਪਣੀ ਗੱਡੀ ਭੇਜ ਕੇ ਘਰੋਂ ਬੰਦਾ ਮੰਗਾਇਆ ਇਸ ਲਈ ਕਿ ਸਾਨੂੰ ਡਰਨ ਦੀ ਲੋੜ ਨਹੀਂ ਆ ਆਪਣੇ ਸਾਰੇ ਹੱਕ ਆਪਾਂ ਏਦਾਂ ਹੀ ਰਲ ਮਿਲ ਕੇ ਲੈਣੇ ਆ ਜੇ ਤੁਹਾਡਾ ਸਾਥ ਰੰਗਾ ਫਿਰ ਹੀ ਕੁਛ ਬਣ ਸਕਦਾ ਵਾ ਨਹੀਂ ਤਾਂ ਆਪਾਂ ਸਾਰੇ ਇੱਥੇ ਇਕੱਲੇ ਇਕੱਲੇ ਰਹਿ ਤੇਰਾ ਸ਼ਾਮ ਤਕਰੀਬਨ ਕਈ ਵਾਰੀ ਹੋਸਟਲ ਮੇਰੇ ਨਾਲ ਤਾਂ ਬਹੁਤ ਜ਼ਿਆਦਾ ਵਾਰੀ ਹੋਇਆ 3-4 ਵਾਰੀ ਮੈਨੂੰ ਇਹਦਾ ਪਲਾਂਟ ਫੜ ਦਿੱਤਾ ਬਹੁਤ ਵਾਰੀ ਇੱਦਾਂ ਹੋਇਆ ਤੇ ਸਾਰਿਆਂ ਨੂੰ ਰਿਕੁਐਸਟ ਆ ਵੀ ਇੱਦਾਂ ਹੀ ਸਾਥ ਬਣਾਈ ਰੱਖਣਾ ਆਪਾਂ ਥੋੜੇ ਸਮੇਂ ਲਈ ਹੋਰ ਪ੍ਰੋਗਰਾਮ ਚਲਾਵਾਂਗੇ ਬਾਕੀ ਜਿੱਦਾਂ ਅੱਗੋਂ ਆਰਡਰ ਆਉਣਗੇ ਸੂਬਾ ਪ੍ਰਧਾਨ ਸਾਹਿਬ ਦੇ ਉੱਦਾਂ ਹੀ ਜੇ ਕਹਿਣਗੇ ਪਲਾਂਟ ਬੰਦ ਕਰਨਾ ਤੇ ਫਿਰ ਆਪਾਂ ਬੰਦ ਵੀ ਕਰਾਂਗੇ ਉਹ ਵੀ ਆਪਣੇ ਉਗਰਾਹਾਂ ਜਿਹੜੀ ਕਮੇਟੀ ਕਿਸਾਨ ਕਮੇਟੀ ਉਹਨਾਂ ਨਾਲ ਗੱਲ ਹੋ ਗਈ ਆ ਚੰਦਨ ਗਰੇਵਾਲ ਜੀ ਕਾਰਪੋਰੇਸ਼ਨ ਦੇ ਪ੍ਰਧਾਨ ਉਹਨਾਂ ਨਾਲ ਵੀ ਗੱਲ ਹੋ ਗਈ ਆ ਉਹ ਵੀ ਥੋੜੀ ਦੇਰ ਤੱਕ ਜੇ ਆਪਾਂ ਨੂੰ ਮਿਲ ਗਿਆ ਕੋਈ ਮੈਸੇਜ ਤੇ ਉਹ ਵੀ ਆਉਣਗੇ ਤੇ ਆਪਾਂ ਪ੍ਰੋਪਰ ਪਲਾਂਟ ਬੰਦ ਕਰਾਂਗੇ ਤੇ ਮੈਨੇਜਮੈਂਟ ਦੇ ਕੰਮ ਤੇ ਜੂ ਅਜੇ ਤੱਕ ਨਹੀਂ ਸਰਦੀ 2 ਘੰਟੇ ਹੋ ਗਏ ਸਾਨੂੰ ਦੇਖਿਆ ਨਹੀਂ ਤੇ ਮੈਨੇਜਮੈਂਟ ਦੇ ਕੰਮ ਤੇ ਅਜੇ ਤੱਕ ਜੂ ਨਹੀਂ ਸਰਦੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਉਹ ਸਾਨੂੰ ਪਲਾਂਟ ਦਾ ਹਿੱਸਾ ਹੀ ਨਹੀਂ ਮੰਨਦੇ ਉਹ ਸਾਨੂੰ ਬਿਲਕੁਲ ਪਲਾਂਟ ਦਾ ਹਿੱਸਾ ਨਹੀਂ ਮੰਨਦੇ ਕਿਸੇ ਨੇ ਸਾਡੀ ਅਜੇ ਤੱਕ ਆ ਕੇ ਫੋਨ ਵੀ ਲਈ ਵੀ ਤੁਸੀਂ ਪਾਗਲ ਹੀ ਬੈਠੇ ਹੋ ਕੀ ਕਰ ਰਹੇ ਹੋ ਕਿਸੇ ਨੇ ਫਿਰ ਮੁਕਾਬਲਾ ਜੰਮ ਫਤਿਹ ਕਰੋ ਜੈ ਸਰਕਾਰ ਮੁਕਾਬਲਾ